79 ਸਾਲਾ ਭਾਜਪਾ ਆਗੂ ਤੇ ਅਸਮ ਦੇ ਗਵਰਨਰ ਰਹਿ ਚੁੱਕੇ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਦੇ ਰਾਜਪਾਲ ਵਜੋਂ ਸਹੁੰ ਚੱਕ ਲਈ ਗਈ। ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗ ਨੇ ਉਹਨਾਂ ਨੂੰ ਸਹੁੰ ਚੁਕਵਾਈ। ਰਾਜ ਭਵਨ ਦੇ ਗੁਰੂ ਨਾਨਕ ਆਡੀਟੋਰੀਅਮ ਦੇ ਵਿੱਚ ਸਹੁੰ ਚੁੱਕ ਸਮਾਗਮ ਰੱਖਿਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਬਕਾ ਗਵਰਨਰ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇ ਤੇ ਸਪੀਕਰ ਕੁਲਤਾਰ ਸੰਧਵਾਂ ਵਿਸ਼ੇਸ਼ ਤੌਰ ਤੇ ਮੌਜੂਦ। ਐਸਜੀਪੀਸੀ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਦੀ ਅੱਜ ਆਖਰੀ ਤਰੀਕ ਸੀ, ਜਿਸ ਨੂੰ 16 ਸਤੰਬਰ ਤੱਕ ਵਧਾ ਦਿੱਤਾ ਗਿਆ। ਦੱਸ ਦਈਏ ਕਿ 2011 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵੋਟਰਾਂ ਦੀ ਗਿਣਤੀ ਅੱਧੀ ਰਹਿ ਗਈ ਹੈ। 25 ਜੁਲਾਈ 2024 ਤੱਕ ਸਿਰਫ 27.87 ਲੋਕਾਂ ਨੇ ਹੀ ਰਜਿਸਟਰ ਕੀਤਾ, ਜਦਕਿ 2011 'ਚ ਗਿਣਤੀ 52 ਲੱਖ ਸੀ। ਪਿਛਲੇ ਸਾਲ 21 ਅਕਤੂਬਰ ਨੂੰ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਰਜਿਸਟ੍ਰੇਸ਼ਨ ਦੀ ਤਰੀਕ 4 ਵਾਰ ਵਧਾਈ। 45 ਦਿਨ ਬਾਅਦ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਮੁੜ ਚਾਲੂ ਹੋ ਗਿਆ। ਪੁਲਿਸ ਨੇ ਪਹੁੰਚ ਕੇ ਟੋਲ ਚਾਲੂ ਕਰਵਾਇਆ। ਕਿਸਾਨਾਂ ਵੱਲੋਂ ਟੋਲ ਦੇ ਰੇਟ ਘੱਟ ਕੀਤੇ ਜਾਣ ਤੇ 20 ਕਿਲੋਮੀਟਰ ਦੇ ਏਰੀਏ ਦੇ ਲੋਕਾਂ ਨੂੰ ਟੋਲ ਨਾ ਲਾਏ ਜਾਣ ਦੀ ਮੰਗ ਨੂੰ ਲੈ ਕੇ 16 ਜੂਨ ਤੋਂ ਟੋਲ ਫ੍ਰੀ ਕਰਵਾਇਆ ਹੋਇਆ, ਪਰ ਹਾਈਕੋਰਟ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਟੋਲ ਚਾਲੂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸੀ, ਜਿਸ ਤੋਂ ਬਾਅਦ ਇਹ ਟੋਲ ਚਲਵਾਇਆ ਗਿਆ। ਉੱਥੇ ਹੀ ਪ੍ਰਦਰਸ਼ਨ ਕਰਨ ਆਏ ਕੁਝ ਕਿਸਾਨਾਂ ਨੇ ਵੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ। ਲੁਧਿਆਣਾ ਦੀ ਡਾਇੰਗ ਇੰਡਸਟਰੀ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਐਕਸ਼ਨ ਦੇਖਣ ਨੂੰ ਮਿਲਿਆ। ਸੀਵਰੇਜ 'ਚ ਵੇਸਟ ਪਾਣੀ ਸੁੱਟਣ ਵਾਲੀ ਕੰਪਨੀ ਨੂੰ 6.42 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਤੇ 15 ਦਿਨਾਂ ਦੇ ਅੰਦਰ ਇਹ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਇੰਡਸਟਰੀ ਤੇ PPCC ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਨੇ। ਪਿਛਲੇ ਦਿਨੀ ਇਸੇ ਡਾਇੰਗ ਯੂਨਿਟ ਦਾ ਬਿਜਲੀ ਕਨੈਕਸ਼ਨ ਵੀ ਕੱਟ ਦਿੱਤਾ। ਦੇਸ਼ 'ਚ ਪਿਛਲੇ 6 ਸਾਲਾਂ 'ਚ ਸਾਈਬਰ ਕ੍ਰਾਈਮ ਮਾਮਲਿਆਂ ਦੀ ਗਿਣਤੀ 10 ਗੁਣਾ ਵਧੀ ਹੈ। ਇਸ ਦੀ ਜਾਣਕਾਰੀ ਕੇਂਦਰ ਸਰਕਾਰ ਨੇ ਸੰਸਦ 'ਚ ਪੇਸ਼ ਕੀਤੀ ਹੈ। ਬੀਤੇ ਸਾਲ 2023-24 ਦੇ ਦੌਰਾਨ ਠੱਗੀ ਦੇ 29,000 ਦੇ ਕਰੀਬ ਕੇਸ ਸਾਹਮਣੇ ਆਏ, ਜਿਸ 'ਚ 1,457 ਕਰੋੜ ਦੀ ਠੱਗੀ ਹੋਈ। ਇਸ 'ਚੋਂ 139 ਕਰੋੜ ਦੀ ਰਿਕਵਰੀ ਕੀਤੀ ਗਈ। ਇਸ ਤੋਂ ਪਹਿਲਾਂ 2019 ਵਿੱਚ ਇਹਨਾਂ ਮਾਮਲਿਆਂ ਦੀ ਗਿਣਤੀ 2,000 ਦੇ ਕਰੀਬ। ਯੂਪੀ ਦੇ ਲਖਨਊ 'ਚ ਭਾਰੀ ਬਾਰਿਸ਼ ਕਰਕੇ ਆਮ ਜਨ ਜੀਵਨ ਅਸਤ ਵਿਅਸਤ ਹੋ ਗਿਆ। ਭਾਰੀ ਮੀਂਹ ਕਰਕੇ ਸੜਕਾਂ ਗਲੀਆਂ 'ਚ ਪਾਣੀ ਭਰ ਗਿਆ। ਇਸ ਦੇ ਪ੍ਰਭਾਵ ਤੋਂ ਯੂਪੀ ਦੀ ਵਿਧਾਨ ਸਭਾ ਵੀ ਬਚ ਨਹੀਂ ਸਕੀ। ਵਿਧਾਨ ਸਭਾ ਦੀ ਬੇਸਮੈਂਟ ਤੱਕ ਪਾਣੀ ਚਲਾ ਗਿਆ, ਜਿਸ ਨੂੰ ਮਜ਼ਦੂਰਾਂ ਨੇ ਬਾਲਟੀਆਂ ਨਾਲ ਬਾਹਰ ਕੱਢਿਆ। ਹਜ਼ਰਤਗੰਜ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ। ਨਗਰ ਨਿਗਮ ਸਮੇਤ ਕਈ ਦਫ਼ਤਰਾਂ 'ਚ ਪਾਣੀ ਭਰ ਗਿਆ। ਜਲੰਧਰ 'ਚ ਆਪਣੀ ਨੂੰਹ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲੜਕੀ ਦੀ ਨਨਾਣ ਤੇ ਸੱਸ ਸਹੁਰੇ ਦੇ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਪਾਈ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਹੇਜ ਲਈ ਸੁਨੈਨਾ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸਨੇ ਸੁਸਾਈਡ ਕਰ ਲਿਆ। ਬਟਾਲਾ ਦੇ ਇੱਕ ਨੌਜਵਾਨ ਨੇ ਦਿਨ ਦਿਹਾੜੇ ਪੁਲਿਸ ਦੀ ਦੌੜ ਲਗਵਾ ਦਿੱਤੀ। ਦਰਅਸਲ ਪੁਲਿਸ ਨੇ ਇੱਕ ਕਾਰ ਚਾਲਕ ਨੌਜਵਾਨ ਨੂੰ ਚੈਕਿੰਗ ਲਈ ਰੋਕਿਆ ਸੀ, ਜਿਸ ਵੇਲੇ ਪੁਲਿਸ ਕਾਰ ਦੀ ਚੈਕਿੰਗ ਕਰ ਰਹੀ ਸੀ। ਉਸ ਵੇਲੇ ਨੌਜਵਾਨ ਮੌਕਾ ਦੇਖ ਕੇ ਭੱਜ ਗਿਆ। ਕਾਫੀ ਦੂਰ ਭੱਜਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਹਾਲਾਂਕਿ ਇਸ ਦੌਰਾਨ ਨੌਜਵਾਨ ਆਪਣੀ ਸਿਫਾਰਿਸ਼ ਪੁਆਉਂਦਾ ਨਜ਼ਰ ਆਇਆ, ਪਰ ਪੁਲਿਸ ਨੇ ਉਸਦੀ ਇੱਕ ਨਾ ਸੁਣੀ ਤੇ ਉਸ ਤੇ ਕਾਰਵਾਈ। ਜੰਮੂ ਕਸ਼ਮੀਰ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਅਜਨਾਲਾ ਦੇ ਜਵਾਨ ਹਰਵੰਤ ਸਿੰਘ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਪਹੁੰਚੀ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਪਸਰ ਗਿਆ। ਪੁੱਤ ਦੀ ਲਾਸ਼ ਦੇਖ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਦੁਖੀ ਮਾਪਿਆਂ ਨੇ ਨਮ ਅੱਖਾਂ ਨਾਲ ਸ਼ਹੀਦ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ। ਹਰਵੰਤ ਸਿੰਘ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ 'ਚ ਤੈਨਾਤ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ। ਬਰਨਾਲਾ ਦੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਜਵਾਨ ਸਿਮਰਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਪਿੰਡ ਪਹੁੰਚੀ ਔਰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਨਮ ਅੱਖਾਂ ਨਾਲ ਪੂਰੇ ਪਿੰਡ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਜਵਾਨ ਦੇ ਪਿਤਾ ਵੱਲੋਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਗਈ ਕਿ ਉਹਨਾਂ ਦੇ ਬੇਟੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਡਿਊਟੀ ਦੌਰਾਨ ਸੱਪ ਦੇ ਕੱਟਣ ਨਾਲ ਜਵਾਨ ਦੀ ਮੌਤ। ਬਿਹਾਰ ਦੇ ਬੇਗੂਸਰਾਏ 'ਚ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਪਿਕਅਪ ਗੱਡੀ ਨੇ ਸੜਕ ਪਾਰ ਕਰ ਰਹੇ ਬੱਚੇ ਨੂੰ ਕੁਚਲ ਦਿੱਤਾ, ਕਈ ਫੁੱਟ ਤੱਕ ਆਪਣੇ ਨਾਲ ਹੀ ਘਸੀਟਦਾ ਲੈ ਗਿਆ। ਹਾਦਸੇ 'ਚ 5 ਸਾਲਾ ਬੱਚੇ ਦੀ ਮੌਤ ਹੋ ਗਈ। ਪਿਕਅਪ ਵਾਹਨ
ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਰੋਂਗਟੇ ਖੜੇ ਕਰਦੀਆਂ ਨੇ। ਉੱਥੇ ਹਾਦਸੇ ਤੋਂ ਬਾਅਦ ਬੱਚੇ ਦੇ ਪਰਿਵਾਰ ਨੇ ਚੌਂਕ ਜਾਮ ਕਰਕੇ ਪ੍ਰਦਰਸ਼ਨ। ਅੰਬਾਲਾ ਦੇ ਨਾਹਨ ਹਾਊਸ 'ਚ ਦੋ ਸਕੀਆਂ ਭੈਣਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ। ਉਹਨਾਂ ਦੀਆਂ ਲਾਸ਼ਾਂ ਮਿਲੀਆਂ। ਘਰ 'ਚੋਂ ਹੀ 11 ਸਾਲ ਅਤੇ 6 ਸਾਲ ਦੀ ਲੜਕੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇੱਕ ਲੜਕੀ ਦੇ ਗਲੇ 'ਤੇ ਨਿਸ਼ਾਨ ਸੀ ਅਤੇ ਉਸਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ, ਜਿਸ ਨੂੰ ਲੈ ਕੇ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ। ਲੜਕੀਆਂ ਦੇ ਭਰਾਵਾਂ ਨੇ ਦੱਸਿਆ ਕਿ ਸਵੇਰ ਵੇਲੇ ਇਲਾਕੇ ਦੇ ਹੀ ਇੱਕ ਲੜਕੇ ਨਾਲ ਉਹਨਾਂ ਦੀ ਬਹਿਸ ਹੋਈ ਸੀ, ਜੋ ਕਿ ਨਸ਼ੇੜੀ ਕਿਸਮ ਦੇ ਸਨ। ਪਰਿਵਾਰ ਨੇ ਲੜਕੇ 'ਤੇ ਕਤਲ ਦਾ ਸ਼ੱਕ ਜਤਾਇਆ।